ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀਤ ਸਿੰਘ ਸਗੀ ਸਗੀ ਹਲਦੀ ਫਾਰਮ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਵੀਰੋ ਕੀ ਹਾਲ ਚਾਲ ਆ ਆਸ ਕਰਦਾ ਬਿਲਕੁਲ ਠੀਕ ਹੋਵੋਗੇ ਸੋ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਸਾਨੂੰ ਆਸ ਸੀਗੀ ਵੀ ਇਸ ਵਾਰ ਜਿਹੜਾ ਮੀਂਹ ਪਊਗਾ ਤੇ ਆਪਾਂ ਨੂੰ ਜਿਹੜਾ ਕਣਕਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਪਊਗੀ ਮੋਟਰ ਚਲਾ ਕੇ ਤੇ ਦੱਬ ਵੱਲੋਂ ਕਿਰਪਾ ਹੋ ਗਈ ਤੇ ਆਪਣੇ ਇਧਰ ਮੀਂਹ ਪੈ ਜਾਊਗਾ ਤੇ ਕਣਕਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਪਊਗੀ ਤੇ ਪਰ ਚਲੋ ਦੁਆਬੇ ਦੀ ਇਸ ਏਰੀਆ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਾਲੇ ਪਾਸੇ ਚ ਮੀਂਹ ਨਹੀਂ ਪਿਆ ਤੇ ਸਾਡੇ ਇਧਰ ਪਿੰਡਾਂ ਵੱਲ ਤੇ ਸਾਨੂੰ ਜਿਹੜਾ ਹੁਣ ਸਮਾਂ ਹੋ ਗਿਆ ਕਿਉਂਕਿ ਆਪਾਂ ਕਣਕਾਂ ਨੂੰ ਪਾਣੀ ਲਾ ਦਈਏ ਤੇ ਆਪਾਂ ਮਿੱਟੀ ਦੀ ਪਰਖਾ ਕਰਕੇ ਤੇ ਦੇਖਿਆ ਵੀ ਜ਼ਮੀਨ ਜਿਹੜੀ ਸੁੱਕ ਗਈ ਆ ਤੇ ਹੁਣ ਪਾਣੀ ਦੀ ਲੋੜ ਹੈਗੀ ਆ ਤੇ ਕਣਕਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਆ ਆਦ ਖਾਲਦਨਾ ਤੁਹਾਨੂੰ ਮੈਂ ਤੇ ਇਹ ਵੈਰੈਟੀ ਹੈਗੀ ਜੀ ਉਹਨਾਂ 343 ਤੇ ਕਿਹੜੀ ਕਿਹੜੀ ਵੈਰੈਟੀ ਮੈਂ ਲਾਈ ਹੋਈ ਆ ਉਹਦੀ ਮੈਂ ਡਿਟੇਲਸ ਵੀਡੀਓ ਆਲਰੇਡੀ ਬਣਾਈਆਂ ਹੋਈਆਂ ਸੋ ਆਪਾਂ ਉਹਦੇ ਬਾਅਦ ਜਨ ਗੱਲ ਰਹੀ ਕਰਾਂਗੇ ਤੇ ਅੱਜ ਆਪਾਂ ਗੱਲ ਕਰਾਂਗੇ ਕਣਕਾਂ ਨੂੰ ਜਿਹੜਾ ਪਾਣੀ ਲਾਉਣਾ ਆ ਇੱਕ ਨਹੀਂ ਲਾਉਣਾ ਇਸ ਟਾਈਮ ਦੇ ਉੱਤੇ ਨਾ ਤੇ ਅਸੀਂ ਆਪਣੇ ਏਰੀਆ ਦੀ ਗੱਲ ਕਰੀਏ ਤਾਂ ਸਾਡੇ ਇਧਰ ਹੀ ਏਰੀਆ ਵੱਲ ਵੀ ਨਹੀਂ ਪਿਆ ਤੇ ਸਮੇਂ ਦੇ ਹਿਸਾਬ ਨਾਲ ਜੋ ਫਸਲ ਦੀ ਐਸਲਾ ਜ਼ਰੂਰਤ ਆ ਉਹਨੂੰ ਐਸਲਾ ਪਾਣੀ ਦੀ ਲੋੜ ਹੈਗੀ ਆ ਆਮ ਤੌਰ ਤੇ ਕੀ ਹੁੰਦਾ ਕਈ ਕਿਸਾਨ ਵੀਰ ਜਿਹੜੇ ਆ ਉਹ ਚੀਜ਼ ਸੋਚਣ ਲੱਪੈਂਦੇ ਆ ਜੇ ਅਸੀਂ ਪਾਣੀ ਲਾਤਾ ਹਵਾ ਵਗੀ ਤੇ ਕਣਕਾਂ ਡਿੱਗ ਜਾਣਗੀਆਂ ਤੇ ਉੱਤੋਂ ਸਾਨੂੰ ਇਹ ਆਸ ਹੁੰਦੀ ਆ ਵੀ ਬਾਰਿਸ਼ਾਂ ਵੀ ਹੋ ਸਕਦੀਆਂ ਆ ਤੇ ਬਾਰਿਸ਼ ਦੇ ਨਾਲ ਕਿਤੇ ਇਹ ਨਾ ਹੋਵੇ ਡਬਲ ਪਾਣੀ ਲੱਗ ਜਾਏ ਤੇ ਕਣਕ ਸਾਡੀ ਦਾ ਨੁਕਸਾਨ ਹੋ ਜਾਵੇ ਸੋ ਕੱਲ ਮੈਂ ਇੱਕ ਵੀਡੀਓ ਦੇਖਦਾ ਸੀਗਾ ਕਿ ਕਿਸੇ ਯੂਟਿਊਬਰ ਵੀਰ ਨੇ ਬੜਾ ਬਹੁਤ ਵਧੀਆ ਚੈਨਲ ਉਹਨਾਂ ਦਾ ਆਪਣਾ ਤੇ ਉਹਨਾਂ ਦੀ ਉਹਨਾਂ ਨੇ ਵੀ ਇਸੇ ਟਾਪਿਕ ਨੂੰ ਕਵਰ ਕੀਤਾ ਸੀ ਵੀ ਕਣਕਾਂ ਨੂੰ ਪਾਣੀ ਲਾਈਏ ਜਾਂ ਨਾ ਲਾਈਏ ਤੇ ਉਹਨਾਂ ਦੀ ਪੂਰੀ ਵੀਡੀਓ ਦੇਖੀ ਆ ਤੇ ਉਹ ਦੇਖਣ ਤੋਂ ਬਾਅਦ ਜਿਹਾ ਮਤਲਬ ਪੂਰਾ ਮੈਨੂੰ ਹੌਸਲਾ ਮਿਲਿਆ ਤੇ ਅੱਜ ਜਿਹੜਾ ਅਸੀਂ ਹਾਂ ਤਾਂ ਦਿਖਾਣ ਦਾ ਮੋਟਰ ਚਲਾਤੀ ਸਵੇਰ ਦੀ ਮੈਂ ਤੇ ਸੀਰੀ ਜਿਹੜਾ ਉਹ ਪਾਣੀ ਲਾ ਰਿਹਾ ਆ ਤੇ ਪਾਣੀ ਇਸ ਕਰਕੇ ਹੁਣ ਜਰੂਰੀ ਆ ਕਿਉਂਕਿ ਦਿਨ ਤੇ ਰਾਤ ਟੈਂਪਰੇਚਰ ਚ ਕਾਫੀ ਫਰ ਪੈ ਗਿਆ ਆ ਦਿਨ ਦੇ ਟਾਈਮ ਜਿਹੜੀ ਗਰਮੀ ਹੋਣ ਲੱਗ ਪਈ ਆ ਤੇ ਉਸ ਉਸ ਟਾਈਮ ਤੇ ਕੀ ਹੁੰਦਾ ਵੀ ਦਾਣਾ ਜਿਹੜਾ ਹੁਣ ਕਿਉਂਕਿ ਅਸਲਾ ਦਾਣਾ ਬਣਨਾ ਸ਼ੁਰੂ ਹੋ ਗਿਆ ਆ ਤੇ ਜੇ ਇਸ ਟਾਈਮ ਤੇ ਉੱਤੇ ਆਪਾਂ ਫਸਲ ਨੂੰ ਜਿਹੜਾ ਆ ਪਾਣੀ ਤੋਂ ਦੂਰ ਰੱਖਦੇ ਆ ਮਤਲਬ ਪਾਣੀ ਨਹੀਂ ਲਾਉਂਦੇ ਜਾਂ ਸੁੱਕਾ ਕਿਸੇ ਟਾਈਮ ਤੇ ਪੈ ਜਾਂਦਾ ਆ ਤੇ ਦਾਣਾ ਜਿਹੜਾ ਖਰਾਬ ਹੋ ਸਕਦਾ ਆ ਸੋ ਮੇਰੇ ਨਾਲ ਵੀ ਰੋ ਇੱਕ ਅ ਅੱਜ ਤੋਂ ਦੋ ਸੀਜ਼ਨ ਪਹਿਲਾਂ ਨਾ ਮੇਰੇ ਨਾਲ ਇਹੀ ਪ੍ਰੋਬਲਮ ਹੋਈ ਸੀਗੀ ਮੇਰੀ ਬੰਸੀ ਕਣਕ ਜਿਹੜੀ ਦੇਸੀ ਆ ਉਹ ਨਾਲ ਮੇਰੇ ਕੋਲ ਇਦਾਂ ਕਰ ਹੋ ਗਿਆ ਸੀਗਾ ਮੈਂ ਪਾਣੀ ਨਹੀਂ ਸੀ ਲਾਇਆ ਤੇ ਮਤਲਬ ਇਸੇ ਦੁਚਿੱਤੀ ਸੀਗਾ ਵੀ ਪਾਣੀ ਲਾਵਾਂ ਜਾਂ ਨਾ ਲਾਵਾਂ ਕਿਤੇ ਮੀਂਹ ਪੈ ਜਾਏ ਕਿਉਂਕਿ ਹਵਾ ਬਹੁਤ ਵਗਦੀ ਸੀ ਉਸ ਟਾਈਮ ਦੇ ਉੱਤੇ ਤੇ ਮੈਂ ਪਾਣੀ ਨਹੀਂ ਸੀ ਲਾਇਆ ਤੇ ਉਹਦੇ ਨਾਲ ਕੀ ਹੋਇਆ ਮੇਰਾ ਝਾੜ ਜਿਹੜਾ ਆ ਅੱਧੇ ਤੋਂ ਵੀ ਜ਼ਿਆਦਾ ਮਤਲਬ ਮੋਰ ਤਨ 50% ਜਿਹੜਾ ਮੇਰਾ ਝਾੜ ਜਿਹੜਾ ਘਟ ਗਿਆ ਸੀਗਾ ਉਹ ਦੂਜੀ ਜਿਹੜੀ ਮੈਨੂੰ ਪ੍ਰੋਬਲਮ ਆਈ ਸੀ ਵੀ ਦਾਣਾ ਜਿਹੜਾ ਨਾ ਸੁੰਗੜ ਗਿਆ ਉਹਦਾ ਬਹੁਤ ਛੋਟਾ ਰਹਿ ਗਿਆ ਪ੍ਰੋਪਰ ਭਰ ਨਹੀਂ ਸਕਿਆ ਕਿਉਂਕਿ ਗਰਮੀ ਜ਼ਿਆਦਾ ਪੈ ਗਈ ਤੇ ਫਸਲ ਜਿਹੜੀ ਸਟ੍ਰੈਸ 'ਚ ਆਉਣ ਕਰਕੇ ਜਿਹੜਾ ਦਾਣਾ ਜਿਹੜਾ ਉਹਦਾ ਬਹੁਤ ਛੋਟਾ ਰਹਿ ਗਿਆ ਜਿਹਦੇ ਕਰਕੇ ਮੇਰਾ ਝਾੜ ਨੂੰ ਬਹੁਤ ਫਰ ਪਿਆ ਸੋ ਇਸ ਟਾਈਮ ਦੇ ਉੱਤੇ ਜਿੱਦਾਂ ਹੁਣ ਸਾਡਾ ਏਰੀਆ ਡਿਸਟ੍ਰਿਕਟ ਹਾਰਪੁਰ ਚ ਆਹੇ ਤੇ ਇੱਥੇ ਸਮੇਂ ਸានਾ ਜਿਹੜਾ ਸਾਨੂੰ ਪਾਣੀ ਲਾਉਂਦੀ ਹੁਣ ਲੋੜ ਹੈਗੀ ਆ ਸੋ ਆਸੇ-ਪਾਸੇ ਕਈ ਕਿਸਾਨ ਵੀਰਾਂ ਨੇ ਜਿਹੜੀਆਂ ਮੋਟਰਾਂ ਆਪਣੀਆਂ ਚਲਾਤੀਆਂ ਹੈਗੀਆਂ ਆ ਤੇ ਪਾਣੀ ਲਾ ਰਹੇ ਆ ਸੋ ਮੇਰੇ ਹਿਸਾਬ ਨਾਲ ਮਤਲਬ ਫੁੱਲ ਰეკਮੈਂਡੇਸ਼ਨ ਇਹ ਆ ਕਿ ਜੇ ਤੁਹਾਡੇ ਏਰੀਆ ਵਿੱਚ ਇੱਕ ਹਫ਼ਤੇ ਤੱਕ ਬਾਰਿਸ਼ ਨਹੀਂ ਲਿਖੀ ਹੈਗੀ ਆ ਤਾਂ ਫਸ ਕਿਉਂਕਿ ਇਸ ਵਕਤ ਫਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ। ਔਰ ਜਿਹੜੀ ਆ ਬਾਕੀ ਚਲੋ ਢੇਡ ਟੂਰ ਸਾਹਿਬ ਪੱਜ ਗਏ ਆ ਸਪਰੀਆਂ ਹੋ ਚੁੱਕੀਆਂ ਆ ਸਭ ਕੁਝ ਹੋ ਚੁੱਕਾ ਆ ਤੇ ਉਸ ਸਮੇਂ ਦੀ ਮੰਗ ਜਿਹੜੀ ਉਹ ਹੈਗੀ ਆ ਪਾਣੀ ਲਾਉਣਾ ਕਣਕ ਨੂੰ ਤੇ ਪਾਣੀ ਤੁਸੀਂ ਜ਼ਰੂਰ ਲਾਓ। ਤੇ ਬਾਕੀ ਚਲੋ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਮੌਸਮ ਦੇ ਦੇਖੋ ਜ਼ਰੂਰ ਜੇ ਉਧਰ ਲੱਗਦਾ ਵੀ ਆਉਣ ਵਾਲੇ 2-3 ਦਿਨਾਂ ਚ ਬਾਰਿਸ਼ ਹੈਗੀ ਆ ਤੇ ਫੇ ਭਾਈ ਥੋੜਾ ਤੁਸੀਂ ਇੰਤਜ਼ਾਰ ਕਰ ਲਓ। ਉਹ ਦੂਜੀ ਗੱਲ ਮੇਨ ਇਹ ਹੁੰਦੀ ਆ ਵੀ ਹਵਾ ਨਾ ਵਗਦੀ ਹੋਵੇ ਤੇ ਜੇ ਹਵਾ ਆਗਦੀ ਆ ਤੇ ਪਾਣੀ ਬੜੋ ਹਲਕਾ-ਹਲਕਾ ਲਾਓ ਦੇਖ ਕੇ ਲਾਓ ਉਗੀ ਕੋ ਜਿੰਨਾ ਕ ਅਸੀਂ ਕਰ ਸਕਦੇ ਆ ਉਹ ਉਨਾ ਅਸੀਂ ਖਖਣਾ ਚਾਰਖਣਾ ਬਾਕੀ ਜੋ ਪਰਮਾਤਮਾ ਦੇ ਹੱਥੇ ਆ ਉਹ ਪਰਮਾਤਮਾ ਦੇਖੇਗਾ ਸੋ ਦੋਸਤੋ ਆ ਜਿਹੜੀ ਵੈਰੈਟੀ ਤੁਸੀਂ ਦੇਖ ਰਹੇ ਹੋ ਇਹ ਹੈਗੀ ਜੀ ਆਪਣੀ ਬਾਂਸੀ ਕਣਕ ਤੇ ਬਾਂਸੀ ਕਣਕ ਵੀ ਦੇਖੋ ਪੂਰੀ ਐਨੂੰ ਪੂਰੇ ਜੋਬਨ ਤੇ ਆ ਵਧੀਆ ਇੱਕਦਮ ਵਧੀਆ ਤੇ ਤੁਹਾਨੂੰ ਦਿਖਾ ਲਦਾ ਦੇਖੋ ਆ ਹੁੰਦਾ ਛਿੱਟਾ ਇਹਦਾ ਇਸ ਤਰੀਕੇ ਦਾ ਸੋ ਵੀਰੋ ਇਸ ਨਾਲ ਕਣਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੀ ਆ ਵੀ ਇਹਨੂੰ ਕਿਸੇ ਕਿਸਮ ਦੀ ਨਾ ਬਿਮਾਰੀ ਨਹੀਂ ਪੈਂਦੀ ਆ ਇਸ ਚ ਗੱਲ ਤਾਂ ਕੋਈ ਦੇਸੀ ਵੈਰੈਟੀ ਹੈਗੀ ਹੈ ਜਾਂ ਆਪਣਾ ਇਮਿਊਨ ਸਿਸਟਮ ਇਨਾ ਸਟਰੋਂਗ ਹੈਗਾ ਆ ਕਿ ਇਹਨੂੰ ਤੇਲਾ ਚੇਪਾ ਆ ਜਾਂ ਹੋਰ ਕਿਸੇ ਕਿਸਮ ਦੀ ਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਚਾਹੇ ਆਪਾਂ ਉਹ ਯੈਲੋ ਰੈਸਟ ਕਹ ਲਈਏ ਚਾਹੇ ਆਪਾਂ ਕੋਈ ਹੋਰ ਕਹ ਲਈਏ ਕਿਸੇ ਕਿਸਮ ਦੀ ਨਾ ਦਿੱਕਤ ਨਹੀਂ ਆਉਂਦੀ ਤੇ ਬਾਕੀ ਵੀਰੋ ਇਹ ਜਿਹੜੀ ਮਤਲਬ ਵੈਰੈਟੀ ਆ ਨਾ ਇਹਨੂੰ ਕਿਸੇ ਕਿਸੇ ਦਾ ਤੁਸੀਂ ਜਿਹੜਾ ਆ ਢੇਰ ਨਹੀਂ ਪਾਉਣਾ ਸਵਾਏ ਤੁਸੀਂ ਦੇਸੀ ਢੇਰ ਜੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਮਿੰਗ ਕੰਪੋਸਟ ਖਾਦ ਪਾ ਸਕਦੇ ਹੋ ਵੇਸ ਡੀ ਕੰਪੋਸਟ ਦਾ ਤੁਸੀਂ ਛਿੜਕਾਅ ਕਰ ਸਕਦੇ ਹੋ ਐਜ਼ ਅ ਸਪਰੇਅ ਤੌਰ ਦੇ ਉੱਤੇ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਤੇ ਨੀਮ ਦੇ ਘੋਲ ਦਾ ਤੁਸੀਂ ਸਪਰੇਅ ਕਰ ਸਕਦੇ ਜੇ ਤੁਹਾਨੂੰ ਕੋਈ ਤੇਲਾ ਚਿਪਾ ਜਾਂਦੀ ਬਿਮਾਰੀ ਦੀ ਨੋਟ ਤੁਹਾਨੂੰ ਨਜ਼ਰ ਆਉਂਦੀ ਆ ਸੋ ਬਾਕੀ ਇਹਦਾ ਇਹ ਕਹਿੰਦੇ ਹੁੰਦੇ ਆ ਵੀ ਇਹ ਜਿਹੜੀ ਫਸਲ ਆ ਜੇ ਤੁਸੀਂ ਇਹਨੂੰ ਢੇਰ ਪਾ ਲੈਣੇ ਆ ਨਾ ਇਹਦੀ ਹਾਈਟ 5 ਫੁੱਟ 6 ਫੁੱਟ ਤੱਕ ਚੱਲ ਇਹ ਤੁਸੀਂ ਹੁਣ ਤੁਸੀਂ ਤੁਹਾਨੂੰ ਦਿਖਾਉਣ ਦਾ ਕੰਪੈਰੀਜ਼ਨ ਕਰਾ ਦਿੰਨਾ ਇਹ ਆਪਣੀ ਹੈਗੀ 19343 ਇਹ ਹੈਗੀ ਆਪਣੀ ਬੰਸੀ ਕਣਕ ਕਿਸੇ ਕਿਸਮ ਦਾ ਯੂਰੀਆ ਡਾਇਆ ਜਾਂ ਹੋਰ ਕੁਝ ਨਹੀਂ ਪਾਇਆ ਦੇਸੀ ਪोटाश ਪਾਈ ਆ ਉਹ ਵੀ ਜਿਹੜੀ ਆਪਣੀ ਸਰਕਾਰ ਵੱਲੋਂ ਸਾਨੂੰ ਮਿਲਦੀ ਆ ਪੰਜਾਬ ਐਗਰੀ ਦੁਆਰਾ ਜਿਹੜੀ ਆਰਗੈਨਿਕ ਹੁੰਦੀ ਆ ਸਰਕਾਰ ਵੱਲੋਂ ਸਰਟੀਫਾਈਡ ਜਿਹੜੀ ਹੁੰਦੀ ਆ ਉਹ ਵੀ ਅਸੀਂ ਇਸ ਕਰਕੇ ਪਾਉਂਦੇ ਆ ਕਿਉਂਕਿ ਪ੍ਰੋਪਰ ਦਾਣਾ ਬਣ ਸਕੀ ਇਹਦਾ ਝਾੜ ਜਿਹੜਾ ਆ ਇਹਦਾ ਐਵਰੇਜ ਝਾੜ ਜਿਹੜਾ 6 ਕੁਆਂਟਲ 7 ਕੁਆਂਟਲ ਨੋਟ ਕੀਤਾ ਗਿਆ ਆ ਪोटाਸ਼ ਪਾਉਣ ਦੇ ਨਾਲ ਕੀ ਹੁੰਦਾ ਆ ਚੜ ਜਿਹੜਾ ਥੋੜਾ ਜਆ ਵਧੀਆ ਸਹੀ ਨਿਕਲ ਜਾਂਦਾ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਬਿਮਾਰੀ ਮੋਰੀ ਜਾ ਜਾਂ ਜਾਂ ਪਗਾੜਵਾਦ ਹੁੰਦੀ ਆ ਉਹ ਪੂਰੀ ਹੋ ਜਾਂਦੀ ਆ ਬਾਕੀ ਜਿਹੜੀ ਆ ਫਿਰ ਵਰਮੀ ਕੰਪੋਸ ਖਾਦ ਪਾਉਨੇ ਆ ਉਹਦਾ ਵੀ ਅਸਰ ਵਧੀਆ ਹੁੰਦਾ ਆ ਤੇ ਇੱਕ ਆਪਾਂ ਜਿਹੜੀ ਆ ਸਲਫਰ ਦੀ ਕਮੀ ਦੂਰ ਕਰਨੀ ਜਿਹੜਾ ਸਰੋਦੀ ਖਾਲ ਵਿੱਚ ਪਾਉਨੇ ਆ ਵਿੱਚ ਇਹਦਾ ਉਹਦੇ ਨਾਲ ਕੀ ਹੁੰਦਾ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਪੀਲਾਪਨ ਦੀ ਸ਼ਿਕਾਇਤ ਨਹੀਂ ਆਉਂਦੀ ਤੇ ਬਾਕੀ ਇਸ ਇੱਕ ਵੈਰਾਈਟੀ ਦੀ ਖਾਸੀਅਤ ਇਹ ਹੀ ਆ ਵੀ ਤੁਸੀਂ ਕੋਈ ਬੀਜਣ ਬੀਜ ਦੇਣੀ ਆ ਪਾਣੀ ਲਾਉਣਾ ਤੇ ਵੱਢ ਕੇ ਲੈ ਆਉਣੀ ਆ ਬਸ ਇਹ ਫਸਲ ਨੂੰ ਕਿਸੇ ਕਿਸਮ ਦਾ ਢੇਰ ਦਾ ਨੁਕੀ ਨਹੀਂ ਹੁੰਦੀ ਆ ਤੇ ਬਾਕੀ ਜੇ ਤੁਸੀਂ ਪਾ ਦਨੇ ਹੋ ਉਹਦੇ ਨਾਲ ਫੇ ਕੀ ਹੁੰਦਾ ਵੀ ਇਹਦੀ ਦਾਣਾ ਵਧੀਆ ਬਣ ਜਾਂਦਾ ਆ ਔਰ ਜਿਹੜਾ ਆ ਇਹਦੀ ਝਾੜ ਜਿਹੜਾ ਥੋੜਾ ਜਿਹਾ ਵੱਧ ਜਾਂਦਾ ਇਹ ਇਹੀ ਇਹਦਾ ਬੈਨੀਫਿਟ ਆ ਢੇਰ ਪਾਉਣ ਦਾ ਆਦਰਵਾਇਸ ਤੁਸੀਂ ਨਹੀਂ ਵੀ ਪਾਉਂਗੇ ਨਾ ਤੇ ਤਾਂ ਵੀ ਚੱਲੇਗਾ ਸੋ ਬਾਕੀ ਜਿਹੜਾ ਆ ਹੁਣ ਆਪਣਾ ਟਾਪਿਕ ਆਪਣੇ ਵਾਪਸ ਆਉਣੀ ਆ ਵੀ ਗਰਮੀ ਦੇ ਵਿੱਚ ਜਿਹੜਾ ਹੁਣ ਉਹ ਪੈਣੀ ਸ਼ੁਰੂ ਹੋ ਗਈ ਆ ਤੇ ਇਹਨੂੰ ਪਾਣੀ ਲਾਈਏ ਕਿ ਨਾ ਲਾਈਏ ਤੁਸੀਂ ਇਦਾਂ ਆਪਣੇ ਖੇਤਾਂ ਦੇ ਵਿੱਚ ਜਾ ਕੇ ਚਾਰੇ ਖੁੰਝਾ ਖੱਲਾ ਦੇਖ ਲੈਣਾ ਮੋਤੀ ਦੇਖਦੇ ਜਮੀਨ ਸੁੱਕ ਗਈ ਆ ਇਹਨੂੰ ਐਸਲਾ ਪਾਣੀ ਦੀ ਲੋੜ ਹੈਗੀ ਆ ਕਿਉਂਕਿ ਦਾਣਾ ਭਰਦਾ ਪਿਆ ਆ ਤੇ ਬੂਰ ਪੈਣ ਤੋਂ ਬਾਅਦ ਜਦੋਂ ਝੜ ਜਾਣਾ ਤੇ ਦਾਣਾ ਭਰਨਾ ਹੈ ਤੇ ਇਹਨੂੰ ਫੇਰ ਜਿਹੜਾ ਆ ਉਹੋ ਪਾਣੀ ਦੀ ਲੋੜ ਪੈਣੀ ਆ ਜੇ ਪਾਣੀ ਨਹੀਂ ਲਾਵਾਂਗੇ ਤੇ ਦਾਣਾ ਜਿਹੜਾ ਪ੍ਰੋਪਰ ਕੰਪਲੀਟ ਨਹੀਂ ਭਰੂਗਾ ਤੇ ਆ ਵੀ ਜਦੋਂ ਦੇਖ ਲੈਨੇ ਆਪਾਂ ਇੱਧਰ ਖੁੰਝਾ ਦੇਖ ਲੈਨੇ ਇੱਧਰ ਵੀ ਸੁੱਕ ਸੁੱਕ ਗਿਆ ਆ ਤੇ ਇੱਧਰ ਵੀ ਹੁਣ ਆਪਾਂ ਨੂੰ ਪਾਣੀ ਦੀ ਲੋੜ ਹੈਗੀ ਆ ਸੋ ਇਹ ਵੀ ਖਤਾ ਆਪਣਾ ਆ ਇਹ ਆਪਣੇ ਦੋਸਤ ਦਾ ਮੇਰੇ ਦਾ ਇਹ ਵੈਰੈਟੀ ਹੋਰ ਆ ਤੇ ਵੈਰੈਟੀ ਹੋਰ ਆ ਤੇ ਪਾਣੀ ਲਾਉਣ ਦੀ ਲੋੜ ਜਿਹੜੀ ਇਹਨੂੰ ਹੁਣ ਹੈਗੀ ਆ ਆਪਾਂ ਹੁਣ ਪਾਣੀ ਇਹਨੂੰ ਲਗਾਤਾ ਸੋ ਇਹ ਇੱਕ ਸਹੀ ਡਿਸੀਜਨ ਆ ਕਿਉਂਕਿ ਹਵਾ ਵੀ ਨਹੀਂ ਵਗਦੀ ਪਈ ਕੋਸ਼ਿਸ਼ ਕਰੋ ਰਾਤ ਨੂੰ ਜੇ ਲਾਈਟ ਆਉਂਦੀ ਹੈ ਤਾਂ ਰਾਤ ਨੂੰ ਜਿਹੜਾ ਤੁਸੀਂ ਜਰੂਰ ਪਾਣੀ ਲਾ ਦਿਓ ਉਹ ਵੀ ਠੀਕ ਆ ਤੇ ਵੱਡੇ ਖੱਤਿਆਂ ਲਾ ਦਿਓ ਤੇ ਉਹਦੇ ਨਾਲ ਕੀ ਆ ਵੀ ਹਵਾ ਦੇ ਨਾਲ ਜਿਹੜੀਆਂ ਤੋਂ ਬਚੀ ਹੋਊਗੀ ਕਿਉਂਕਿ ਮੋਸਟਲੀ ਰਾਤ ਨੂੰ ਜਿਹੜਾ ਹਵਾ ਘੱਟ ਵਗਦੀ ਹੁੰਦੀ ਆ ਦਿਨੇ ਜ਼ਿਆਦਾ ਹੁੰਦੀ ਆ ਸੋ ਇਸ ਵਕਤ ਜਿਹੜਾ ਬਿਲਕੁਲ ਨਹੀਂ ਹਵਾ ਵਗਦੀ ਪਈ ਤਾਂ ਬਿਲਕੁਲ ਸਹੀ ਆ ਸੋ ਬਾਕੀ ਇੱਕ ਦੋ ਕੁ ਵਾਰੀਆਂ ਹੋਰ ਆਪਣੇ ਕੋਲ ਆਈਆਂ ਸੀ ਆਪਣੇ ਜਿਹੜਾ ਯਾਰਾ ਬੀਟਾ ਦਾ ਬਰਡ ਬਿਲਟਰ ਹੈ ਉਹਦੇ ਰਿਗਾਰਡਿੰਗ ਕੁਐਸਚਨਸ ਆਪਾਂ ਹੁੰਦੇ ਰਹਿੰਦੇ ਆ ਸੋ ਤੁਸੀਂ ਜਿੱਦਾਂ ਹੁਣ ਸਪਰੇਅ ਕਰਨੀ ਹੈਗੀ ਇੱਕ ਤਾਂ ਤੁਸੀਂ ਕਰ ਸਕਦੇ ਦੁਕਾਨਕ ਜਿਹੜੀ 30 ਪੰਚ ਦਿਨਾਂ ਤੋਂ ਉੱਪਰ ਦੀ ਹੋ ਜਾਂਦੀ 40 ਦਿਨਾਂ ਤੋਂ ਉੱਪਰ ਦੀ ਹੋ ਜਾਂਦੀ ਆ ਸੋ ਯਾਰਾ ਬੀਟਾ ਵਰਲਡ ਬਿਲਟਰ ਦੀ ਤੁਹਾਨੂੰ ਗੱਲ ਆਸ ਦੱਸਣਾ ਵੀ ਇਹ ਹੈਗੀ ਨਾਨ-ਆਰਗੈਨਿਕ ਖੇਤੀ ਵਿੱਚ ਆਪਾਂ ਵਰਤਦੇ ਆ ਤੇ ਇਹਨੂੰ ਵਰਤਣ ਤੋਂ ਪਹਿਲਾਂ ਜਿਹੜਾ ਆ ਤੁਸੀਂ ਘੱਟੋ ਘੱਟ ਯੂਰੀਆ ਦੀ ਜਿਹੜੀ ਆ ਇੱਕ ਡੋਜ਼ ਜਿਹੜੀ ਜ਼ਰੂਰ ਪਾਉਣੀ ਲਾਜ਼ਮੀ ਆ ਕਿਉਂਕਿ ਜੇ ਤੁਸੀਂ ਯੂਰੀਆ ਪਾਇਆ ਹੋਊ ਮੇਰੀ ਮੰਨਣੀ ਹੈ ਕਿ ਮੈਂ ਇਹਦਾ ਪ੍ਰੈਕਟੀਕਲੀ ਕਰਕੇ ਦੇਖਿਆ ਆ ਕਿ ਜਿਹੜੀ ਫਸਲ ਅਸੀਂ ਮੰਡੀ ਲੈ ਕੇ ਜਾਂਦੇ ਆ ਤੇ ਉੱਥੇ ਅਸੀਂ ਉਸ ਚੀਜ਼ ਨੂੰ ਸਭ ਕੁਝ ਪੈਂਦਾ ਆ ਉੱਥੇ ਜਿਹੜਾ ਆਪਾਂ ਯਾਰਾ ਬੀਟਾ ਜਿਹੜਾ ਸਪਰੇਅ ਮਾਰਨੀ ਹੁੰਦੀ ਆ ਉਸ ਤੋਂ ਪਹਿਲਾਂ ਨਾ ਆਪਾਂ ਜਿਹੜਾ ਇੱਕ ਡੋਜ਼ ਜਿਹੜੀ ਯੂਰੀਆ ਦੇਣੀ ਲਾਜ਼ਮੀ ਹੁੰਦੀ ਆ ਉਸ ਤੋਂ ਬਾਅਦ ਜਿਹੜਾ 40 ਦਿਨ ਤੇ 45 ਦਿਨ ਤੇ ਜਿਹੜਾ ਤੁਸੀਂ ਯਾਰਾ ਬੀਟਾ ਬੱਡ ਬਿਲਡਰ ਜਿਹੜਾ ਆ ਉਹਦੀ ਤੁਸੀਂ ਸਪਰੇਅ ਜਿਹੜੀ ਆ ਕਰ ਸਕਦੇ ਹੋ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਅਸੀਂ ਸਪਰੇਅ ਕਰਨੀ ਹੁੰਦੀ ਜਦੋਂ ਹੁਣ ਆਪਣਾ ਹੁਣ ਕਣਕ ਦੀ ਆ ਸਟੇਜ ਹੈਗੀ ਆ ਬੂਰ ਝੜ ਜਾਂਦਾ ਦਾਣਾ ਪਾਨਾ ਸ਼ੁਰੂ ਹੋ ਜਾਂਦਾ ਆ ਉਸ ਟਾਈਮ ਤੁਸੀਂ ਕਰ ਸਕਦੇ ਹੋ ਕਿਉਂਕਿ ਉਸ ਟਾਈਮ ਦੇ ਉੱਤੇ ਉਹਨੂੰ ਦਾਣੇ ਨੂੰ ਪੱਕਣ ਦੇ ਲਈ ਬਹੁਤ ਜ਼ਰੂਰੀ ਹੁੰਦੀ ਆ ਤਤ ਜਿਹੜਾ ਪ੍ਰੋਪਰ ਮਿਲਣਾ ਚਾਹੀਦਾ ਤੁਸੀਂ ਕਰ ਦਿੰਨੇ ਹੋ ਤਾਂ ਬਹੁਤ ਵਧੀਆ ਸੋ ਵੀਰੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਮੇਰੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਤੇ ਕੋਈ ਕੁਇਰੀ ਹੋਵੇ ਤੁਸੀਂ ਜਿਹੜਾ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਕਿਸੇ ਨੇ ਕੋਈ ਜ਼ਰੂਰੀ ਗੱਲ ਬਾਤ ਕਰਨੀ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਮੈਨੂੰ ਤੇ ਸਾਡੇ ਨੰਬਰ ਜਿਹੜੀ ਚੈਨਲ ਦੇ ਉੱਪਰ ਅਵੇਲੇਬਲ ਹੈਗੀ ਆ ਕਿਸੇ ਕਿਸਮ ਦੀ ਵੀ ਕੋਈ ਕੁਇਰੀ ਹੋਵੇ ਪੁੱਛਣਾ ਹੋਵੇ ਕੋਈ ਸਲਾਹ ਦੇਣੀ ਹੋਵੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਮਿਹਰਬਾਨੀ